ਮਸਲਾ ਸਪੈਸ਼ਲਾਂ ਦੇ ਰੇਟਾਂ ਦਾ ਜੀ। ਦੇਖੋ ਪ੍ਰਧਾਨ ਹੈ ਜਿਹੜਾ ਉਹ ਆਪਣੇ ਠੇਕੇਦਾਰ ਨਾਲ ਰਲ ਗਿਆ, ਪ੍ਰਧਾਨ ਤਾਂ ਹੈਗਾ ਟਰੱਕ ਯੂਨੀਅਨ ਦਾ, ਰਲ ਗਿਆ ਉਹ ਠੇਕੇਦਾਰ ਨਾਲ, ਸਾਡੇ ਰੇਟਾਂ 'ਚੋਂ ਬਹੁਤ ਪੈਸੇ ਖਾ ਰਿਹਾ ਉਹਦਾ ਸੁਖਵਿੰਦਰ ਸਿੰਘ। ਹਾਂਜੀ, ਕਿਹੜੇ ਕਿਸ ਤਰ੍ਹਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਠੇਕੇਦਾਰ ਨਾਲ ਰਲ ਕੇ ਕਿ ਕੀ ਜੇ ਉਹ ਗੱਲ ਅਸੀਂ ਪ੍ਰਧਾਨ ਨਾਲ ਕਰੀਏ, ਪ੍ਰਧਾਨ ਕਹਿੰਦਾ ਨਹੀਂ, ਪ੍ਰਧਾਨ ਫਿਰ ਸਾਡੇ ਨਾਲ ਖੜੇ, ਉਹ ਠੇਕੇਦਾਰ ਨਾਲ ਕਿਉਂ ਖੜਾ? ਜੇ ਉਹ ਸੱਚਾ ਤਾਂ ਸਾਡੇ ਨਾਲ ਖੜੇ ਨਾ, ਅਤੇ ਉਹ ਰੇਟਾਂ ਦੇ ਵਿੱਚ ਬਹੁਤ ਫਰਕ ਹੈ। ਸਾਡੇ ਕੋਲ ਲਿਸਟਾਂ ਨੇ, ਤੁਹਾਨੂੰ ਵੀ ਦੇ ਦਿਆਂਗੇ, ਲਿਸਟਾਂ ਹੈਗੀਆਂ ਨੇ, ਉਹ ਤੁਸੀਂ ਜੇ ਆਪਦਾ ਸਕੈਨ ਕਰ ਲਿਓ, ਅਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਰਕ ਹੈ। ਜੇ ਉਹ ਫਿਰ ਸਾਡੇ ਨਾਲ ਖੜਨਾ ਚਾਹੀਦਾ ਸੀ ਠੇਕੇਦਾਰ ਨਾਲ, ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਨਾਲ ਖੜਨਾ ਚਾਹੀਦਾ ਸੀ? ਜੇ ਲਿਸਟ ਦੀ ਰੇਟ ਦੀ ਗੱਲ ਕਰੀਏ ਤਾਂ ਲਿਸਟ ਦਾ ਕੀ ਰੇਟ ਹੈ? ਲਿਸਟ ਦਾ ਬਹੁਤ, ਇਹਦਾ ਇੱਕ ਗੱਡੀ ਮਗਰ ਘੱਟੋ ਘੱਟ ਵੀ 1500-1600 ਦਾ ਫਰਕ ਹੈ ਜੀ, ਇੱਕ ਗੱਡੀ ਮਗਰ ਸਪੈਸ਼ਲ ਦਾ। ਹਾਂਜੀ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ 500 ਰੁਪਇਆ ਇੱਕ ਗੱਡੀ ਮਗਰ ਤੁਹਾਨੂੰ ਅਸੀਂ ਛੱਡ ਦਾਂਗੇ, ਅਤੇ ਬਾਕੀ ਜੋ ਰੇਟ ਸਰਕਾਰ ਦਿੰਦੀ ਹੈ ਉਹ ਤਾਂ ਸਾਨੂੰ ਦਿਓ ਨਾ, ਅਸੀਂ ਉਹ ਮੰਗਦੇ ਹਾਂ ਜਿਹੜੇ ਜੋ ਪਿਛਲੇ ਅਸੀਂ 2 ਸਾਲ ਇਸੇ ਠੇਕੇਦਾਰ ਦਾ ਕੰਮ ਕਰਿਆ ਪਿਛਲੇ 2 ਸਾਲਾਂ 'ਚ, ਉਹ 2 ਸਾਲਾਂ ਦਾ ਵਾਲਾ ਜਿਹੜਾ ਪਿਛਲਾ ਮਾਰਜਨ ਸੀ ਉਹ ਤੁਸੀਂ ਰੱਖ ਲਓ, ਬਾਕੀ ਸਾਨੂੰ ਦੇ ਦਿਓ। ਹਾਂਜੀ, ਯੂਨੀਅਨ ਸਾਰੀ ਇੱਕ ਪਾਸੇ ਆ, ਉਹ ਪ੍ਰਧਾਨ ਇਕੱਲਾ, ਉਹਦੇ ਨਾਲ 3-4 ਬੰਦੇ ਨੇ, ਬਾਕੀ ਇੱਕ ਪਾਸੇ ਤੁਸੀਂ ਦੇਖ ਹੀ ਲਿਆ, ਆ ਸਾਰੀ ਯੂਨੀਅਨ ਇੱਕ ਪਾਸੇ ਹੈ, ਅਤੇ ਮੰਗਦਾ ਸੀ ਆਪਦਾ ਰੇਟ ਲੈਣ ਪੂਰਾ ਸਾਨੂੰ ਮਿਲਣਾ ਚਾਹੀਦਾ, ਜਿਹੜਾ ਜੋ ਸਰਕਾਰ ਨੇ ਦਿੱਤਾ ਉਹ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ। ਜੋਲੀ 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 ਕੀ ਉਹਦਾ ਕੀ ਤੁਹਾਡਾ ਜੀ? ਕੁਛ ਨਹੀਂ ਉਹਦਾ ਜੀ। ਅੱਛਾ, ਕੀ ਹੁਣ ਦੱਸੋ ਕਾਰਨ ਕੀ ਹੈ? ਮੈਂ ਤਾਂ ਉਪਰੇਟ, ਅਸੀਂ ਤਾਂ ਜੀ ਉਪਰੇਟ ਰਹੇ ਗੱਡੀਆਂ ਚਲਾਉਣ ਵਾਲੇ ਆਪ, ਹੁਣ ਦੱਸੋ ਕੀ ਸਮੱਸਿਆ? ਤੇ ਸਾਡਾ ਸਮੱਸਿਆ ਇਹ ਆ ਵੀ ਸਾਡਾ ਇਹ ਕੰਮ ਹੈ ਸਪੈਸ਼ਲਾਂ ਢੋਣ ਦਾ, ਐਫਸੀਆਈ ਦਾ ਕੰਮ ਕਰਨ ਦਾ, ਸਾਰਾ ਕੰਮ ਸਾਡਾ ਇਹ। ਬਾਹਰਲੇ ਕੁਛ ਗਲਤ ਅਨਸਰਾਂ ਨੇ ਟੈਂਡਰ ਪਾ ਕੇ ਸਾਨੂੰ ਵੀ ਅਸਾਂ ਇਹ ਰੇਟ ਦੇਵਾਂਗੇ, ਅਸੀਂ ਗੱਲ ਕਰਨ ਨੂੰ ਤਿਆਰ ਹੈ, ਰੇਟ ਲੈਣ ਨੂੰ ਤਿਆਰ ਹੈ, ਢੋਣ ਨੂੰ ਤਿਆਰ ਹੈ, ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ। ਮਾਲਕ ਕਹਿੰਦੇ ਅੰਬਾਲੇ ਬੈਠਾ ਜੀ, ਸਾਡੇ ਨਾਲ ਆ ਕੇ ਗੱਲ ਕਰੇ, ਸਾਰੇ ਆਪਰੇਟਰ ਗੱਲ ਕਰਨ ਨਾਲ ਤਿਆਰ। ਜਦੋਂ ਟੈਂਡਰ ਨਿਕਲੇ ਸੀ ਉਦੋਂ ਤੁਸੀਂ ਟੈਂਡਰ ਕਿਉਂ ਨਹੀਂ ਪਾਏ? ਸਾਡੇ ਪਾਉਂਦੇ ਸੀ, ਸਾਡੇ ਬੰਦੇ ਨਾਲ ਰਲ ਕੇ ਦੋ, ਸਾਡੇ ਦੋ ਬੰਦੇ ਗਦਾਰ ਹੋ ਗਏ, ਉਹ ਗਦਾਰਾਂ ਨੇ ਉਹਨਾਂ ਦਾ ਟੈਂਡਰ ਪਾਇਆ। ਕਿਸ ਰੇਟ ਤੇ ਚੱਕ ਰਹੇ ਨੇ ਉਹ? ਫੁੱਲ ਰੇਟ ਆ ਜੀ, ਫੁੱਲ ਰੇਟ ਦਾ ਫੁੱਲ ਆ ਜੀ, ਸਾਨੂੰ ਕਾਹ ਸਾਨੂੰ ਨਹੀਂ ਦੇ ਰਹੇ ਨਹੀਂ ਉਹ, ਸਾਨੂੰ ਘੱਟ ਰੇਟ ਦੇ ਦੇ। ਪ੍ਰਧਾਨ ਨਾਲ ਕੀ ਮਸਲਾ? ਕਿਉਂਕਿ ਪ੍ਰਧਾਨ ਦਾ ਵੀ ਵਿੱਚ ਨਾਮ ਆ ਰਿਹਾ। ਪ੍ਰਧਾਨ ਨੂੰ ਤਾਂ ਦੱਕਰ ਦਾ ਲੋਕਾਂ ਨੇ, ਪ੍ਰਧਾਨ ਨੂੰ ਲੋਕ ਮੰਨਦੇ ਨਹੀਂ ਹੈਗੇ। ਅੱਛਾ ਜੀ, ਲੋਕ ਕਹਿੰਦੇ ਅਸੀਂ ਪ੍ਰਧਾਨ ਨਹੀਂ ਮੰਨਦੇ। ਇਹ ਪ੍ਰਧਾਨ ਦੀ ਕਿੱਤਾ ਕਹਿ ਜਾ ਰਹੀ ਹੈ ਸਾਰਾ ਕੁਝ, ਜਿਹੜਾ ਮਤਲਬ ਕਿ ਕਹਿ ਰਹੇ ਹੋ ਗੱਡੀ ਮਗਰ 1500 ਰੁਪਏ ਠੱਗੀ ਵੱਜ ਰਹੀ ਹੈ। 1500 ਮਗਰ ਨਹੀਂ ਜੀ, ਕਿਸੇ ਚੱਕਰ 'ਚ ਤਾਂ 2500 ਦਾ ਫਰਕ ਹੈ, ਕਿਸੇ ਚੱਕਰ ਦੇ ਵਿੱਚ 1500 ਦਾ ਫਰਕ ਹੈ, ਕਿਸੇ ਚੱਕਰ 'ਚ ਹੋਰ ਜ਼ਿਆਦਾ ਦਾ ਫਰਕ ਹੈ। ਲੋਕ ਹੁਣ ਕੀ ਕਰਨ ਜੀ, ਇੱਥੇ ਹਰ ਵਾਰੀ ਕੰਡਾ ਕਰਾਉਣਾ ਪੈਂਦਾ, ਕੰਡਾ ਹਰ ਵਾਰੀ ਕੰਡਾ ਕਰਾਉਣ ਦੇ ਵਿੱਚ 15-20 ਲੀਟਰ ਤੇਲ ਵੱਧ ਬਚ ਜਾਂਦਾ, 2000 ਰੁਪਏ ਦਾ ਤੇਲ ਹੈ, 2000 ਹੀ ਗੱਡੀ ਨੂੰ ਬਚਦਾ। ਬਾਕੀ ਭਾਈ ਸਾਹਿਬ ਨੂੰ ਪੁੱਛਿਆ, ਗੱਡੀ ਆਪ ਚਲਾਉਂਦੇ ਨੇ।